ਸਾਡੇ ਕੋਲ ਹੁਣ ਕੋਈ ਹੋਰ ਚਾਰਾ ਨਹੀਂ ਹੈ ਸਿਵਾਏ ਇਹਨਾਂ ਦੀਆਂ ਤਨਖਾਹਾਂ ਰੋਕਣ ਤੋਂ ਕਿ ਪਹਿਲਾਂ ਤੁਸੀਂ ਇਹ ਸਾਨੂੰ ਇਹ ਇਨਫੋਰਮੇਸ਼ਨ ਦੱਸ ਦਿਓ ਇਹ ਕਿੰਨੇ ਕੁ ਕੋਈ ਇਹ ਵੇਦ ਸ਼ਾਸਤਰ ਹੈ ਕਿ ਤੁਸੀਂ ਸਾਨੂੰ ਦੱਸ ਨਹੀਂ ਸਕਦੇ ਵੀ ਤੁਹਾਡੇ ਕੋਲ ਖਾਤੇ ਕਿੰਨੇ ਹੈ ਔਰ ਇਹ ਹਰ ਮਹੀਨੇ ਇਹ ਡਿਪਾਰਟਮੈਂਟ ਆਉਂਦੇ ਹੈ ਕਿ ਜੀ ਇਸ ਮਹੀਨੇ ਨਹੀਂ ਹੋਇਆ ਸਾਨੂੰ ਇੱਕ ਮਹੀਨੇ ਦੀ ਮੋਹਲਤ ਹੋਰ ਦੇ ਦਿਓ ਅਸੀਂ ਮਹੀਨੇ ਦੀ ਮੋਹਲਤ ਇਹ 8 ਮਰਤਬਾ ਮੋਹਲਤ ਲੈ ਚੁੱਕੇ ਹੈ ਸੋ ਦੇਖੋ ਫਾਈਨੈਂਸ ਮਹਿਕਮਾ ਔਰ ਉਹਨੂੰ ਜਿਹਨੂੰ ਮੈਂ ਹੈੱਡ ਕਰਦਾ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਜਿਹੜਾ ਪੰਜਾਬ ਦਾ ਪੈਸਾ ਹੈ ਇਹ ਪੰਜਾਬ ਦੇ ਲੋਕਾਂ ਦੀ ਇਮਾਨਤ ਹੈ ਜਿਹੜੀ ਕਿ ਮੇਰੇ ਕੋਲ ਪਈ ਹੈ ਜੇ ਇਹਦੇ 'ਚ ਕੋਈ ਖਿਆਨਤ ਹੁੰਦੀ ਹੈ ਜਾਂ ਇਹਦੇ 'ਚ ਕੋਈ ਮੈਨੂੰ ਕਿਸੇ ਗੱਲ ਦਾ ਸ਼ੱਕ ਪੈਂਦਾ ਹੈ ਤਾਂ ਇਹ ਮੇਰਾ ਧਰਮ ਹੈ ਕਿ ਮੈਂ ਉਹਨੂੰ ਕਿਵੇਂ ਨਾ ਕਿਵੇਂ ਉਹਨੂੰ ਪਟੜੀ 'ਤੇ ਲੈ ਕੇ ਆਵਾਂ ਸੋ ਤਨਖਾਹਾਂ ਨਾ ਰਿਲੀਜ਼ ਹੋਣ ਦਾ ਕਾਰਨ ਇਹ ਹੈ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ ਔਰ ਜਿੰਨੇ ਵੀ ਇਹ ਲੀਡਰ ਜਿਹੜੇ ਸੀਗੇ ਔਰ ਇਹ ਕਈ ਵਾਰੀ ਮੇਰੇ ਕੋਲ ਆਉਂਦੇ ਕਿ ਜੀ ਇੱਕ ਮਹੀਨੇ ਦਾ ਔਰ ਇਹਨਾਂ ਨੂੰ ਪਤਾ ਹੈ ਕਿ ਇਹ ਵਜ੍ਹਾ ਕਿਉਂ ਆ ਲੇਟ ਦੀ ਪੰਜਾਬ ਸਰਕਾਰ ਕੋਲ ਪੈਸੇ ਤਨਖਾਹ ਦੇ ਦੇਣ ਦੀ ਕਮੀ ਨਹੀਂ ਹੈ ਹਾਲਾਂਕਿ ਗੌਰਮੈਂਟ ਆਫ ਇੰਡੀਆ ਨੇ ਮੈਂ ਪਿਛਲੀ ਵਾਰੀ ਕਿਹਾ ਸੀ ਵੀ 4,000 ਕਰੋੜ ਘੱਟ ਹੈ ਔਰ ਜਿਹੜਾ ਕਿ ਸਾਨੂੰ ਉਹਨਾਂ ਨੇ ਨਹੀਂ ਦਿੱਤਾ ਔਰ ਕਿਉਂਕਿ ਹੁਣ ਦਸੰਬਰ ਦਾ ਮਹੀਨਾ ਆ ਗਿਆ ਅਗਸਤ ਸਤੰਬਰ ਅਕਤੂਬਰ ਨਵੰਬਰ 4 ਮਹੀਨਿਆਂ ਦੀ ਕੰਪਨਸੇਸ਼ਨ 4,000 ਏਰੀਅਰ 6,000 ਕਰੋੜ ਰੁਪਏ ਉਹਨਾਂ ਨੇ ਹਾਲਾਂਕਿ ਨਹੀਂ ਦਿੱਤੇ ਪਰ ਮੈਂ ਫਿਰ ਇਸ ਗੱਲ ਨੂੰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਗੌਰਮੈਂਟ ਹੈ ਇਹ ਤਨਖਾਹਾਂ ਦੇਣ ਵਾਸਤੇ ਨਹੀਂ ਚੱਲਦੀ ਇਹ ਦਰਅਸਲ ਪੰਜਾਬ ਦੇ ਲੋਕਾਂ ਨੂੰ ਇੱਕ ਬਿਹਤਰ ਜ਼ਿੰਦਗੀ ਮਿਲ ਸਕੇ ਖੁਸ਼ਹਾਲ ਇੱਜ਼ਤ ਦੀ ਰੋਟੀ ਲੋਕ ਖਾ ਸਕਣ ਸਾਡੀਆਂ ਔਲਾਦਾਂ ਉਹਨਾਂ ਲਈ ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੀਏ ਪਰ ਇੱਕ ਐਡਮਿਨਿਸਟ੍ਰੇਸ਼ਨ ਜਦੋਂ ਕੋਈ ਬੰਦਾ ਐਡਮਿਨਿਸਟ੍ਰੇਸ਼ਨ 'ਚ ਹੁੰਦਾ ਐਡਮਿਨਿਸਟ੍ਰੇਸ਼ਨ ਦੇ ਵੀ ਇੱਕ ਐਥਿਕਸ ਹੁੰਦੇ ਆ ਔਰ ਐਥਿਕਸ ਇਹ ਹੈ ਕਿ ਗੌਰਮੈਂਟ ਨੂੰ ਪਤਾ ਹੋਣਾ ਚਾਹੀਦਾ ਖਾਤੇ ਕਿੰਨੇ ਪਿੱਛੇ ਐਗਰੀਕਲਚਰ ਮਹਿਕਮੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਅੱਜ ਤੋਂ 2-2.5 ਮਹੀਨੇ ਹੋ ਗਏ ਹੈ ਔਰ ਉਹ ਵੀ ਉਹਨਾਂ ਨੂੰ ਵੀ 6 ਮਹੀਨੇ ਲੱਗੇ ਕਿ ਉਹਨਾਂ ਕੋਲ 350 ਅਕਾਊਂਟ ਚੱਲ ਰਿਹਾ ਸੀ ਐਗਰੀਕਲਚਰ ਮਹਿਕਮੇ ਦਾ ਸੋ ਇਹ ਸਾਰੇ ਅਕਾਊਂਟ ਖਤਮ ਹੋਣੇ ਚਾਹੀਦੇ ਆ ਉਹਦੇ 'ਚ ਕੋਈ ਤਕਰੀਬਨ 300 ਕਰੋੜ ਰੁਪਇਆ ਪਿਆ ਸੀ ਗੌਰਮੈਂਟ ਦਾ ਸੋ ਇਹ ਪੈਸੇ ਵਾਪਸ ਮੰਗਾਉਣਾ ਮੇਰੀ ਜ਼ਿੰਮੇਵਾਰੀ ਹੈ ਔਰ ਜਦੋਂ ਤਾਂ ਇਹ ਸਾਨੂੰ ਇਨਫੋਰਮੇਸ਼ਨ ਨਹੀਂ ਆਉਂਦੀ ਅਤੇ ਸਾਨੂੰ ਉਹ ਪੈਸੇ ਵਾਪਸ ਨਹੀਂ ਆਉਂਦੇ ਤਾਂ ਹੋਰ ਸਾਡੇ ਕੋਲ ਕੋਈ ਤਰੀਕਾ